ਉਹ ਤਾਂ ਬੜਾ ਕੀੜਾ ਸੀ ਜਿਵੇਂ ਸਾਰੇ ਭਰਾਵਾਂ ਦੇ ਹੁੰਦਾ ਮੈਨੂੰ ਇਹ ਸੀ ਵੀ ਉੱਥੇ ਪਤਾ ਨਹੀਂ ਕੀ ਆ ਝੂਠੀਆਂ ਵੀ ਹੁੰਦੀਆਂ ਵਿੱਚ ਕਾਫੀ ਸਾਰੀਆਂ ਨਾ ਕਈ ਸੱਜਣ ਮਿੱਤਰ ਸਾਰੀਆਂ ਗੱਲਾਂ ਕਲੀਅਰ ਨਹੀਂ ਕਰਦੇਗੇ ਜਦੋਂ ਬੰਦਾ ਇਧਰੋਂ ਜਾਂਦਾ ਖਾਸ ਕਰਕੇ ਮੇਰੀ ਉਮਰ ਦਾ ਹੈ ਨਾ ਉਦੋਂ ਇਹ ਲੱਗਦਾ ਵੀ ਜਿਵੇਂ ਗਰੀਬ ਜਿਹੇ ਹੁਣੇ ਇਸ ਮੁਲਕ ਦੇ ਨਾ ਵੀ ਆਪਾਂ ਗਰੀਬ ਜੇ ਆ ਤੇ ਮਤਲਬ ਉਹ ਹੀ ਤੁਰੇ ਫਿਰਦੇ ਆ ਸੜਕ ਤੇ ਮੈਂ ਇੱਕ ਕਾਪੀ ਤੇ ਪੈਨ ਪਾ ਲੈਂਦਾ ਸੀ ਜੇਬ ਦੇ ਵਿੱਚ ਤੇ ਜਦੋਂ ਜਾਂਦਾ ਸੀ ਆ ਤੇ ਉਹ ਨਿਸ਼ਾਨੀਆਂ ਲਾ ਲੈਂਦਾ ਸੀ ਉਹਦੇ ਤੇ ਇੱਧਰ ਨੂੰ ਤੇ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਅੱਛਾ ਵਾਪਸੀ ਤੇ ਫੇਰ ਉਹ ਦੇਸੀ ਨਕਸ਼ਾ ਬਣਾ ਲੈਂਦੇ ਸੀ ਮੈਂ ਨਾ ਜੀ ਪੂਰਾ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਜਿੱਦੋਂ ਗਿਆ ਆਪਾਂ ਨੂੰ ਇੱਕ ਇਹ ਵੀ ਹੁੰਦਾ ਪੰਜਾਬੀ ਗਰਾਂ ਵੀ ਆਪਾਂ ਐ ਪਾ ਦਿੰਦੇ ਆ ਏਅਰਪੋਰਟ ਤੇ ਜਾ ਕੇ ਵੀ ਗੋ ਟੂ ਕੈਨੇਡਾ ਨਾ 15-17 ਬਾਅਦ ਪੈਸੇ ਦੇ ਦਿੰਦੇ ਆ ਠੀਕ ਹੈ ਪੈਸੇ ਵਧੀਆ ਲਫਾਫੇ ਚ ਪਾ ਕੇ ਪੂਰੇ ਮਾਨਤਾਂ ਨਾਲ ਦਿੰਦੇ ਆ ਹੂੰ ਨੀਂਦ ਤਾਂ ਫਿਰ ਮਸਾ ਨਾਈਦਾ ਹੀ ਸੀ ਮਸਾ ਨਹਾਉਣ ਤੋਂ ਬਾਅਦ ਆਪਾਂ ਨੂੰ ਲੱਗਾ ਕਿੱਥੇ ਪਏ ਕਿੱਥੇ ਨਹੀਂ ਅਲਾਰਮ ਸਵੇਰ ਜਦੋਂ ਠਾਉਂਦਾ 4:30 ਵਜੇ ਤੇ ਡਾਂਗ ਵਾਂਗੂੰ ਵੱਜਦਾ ਉਹ ਇਹ ਆ ਜੀ ਗੱਲ ਨਹੀਂ ਕਰਨੀ ਬੰਦੇ ਨੇ ਕਿਸੇ ਨਾਲ ਹੂੰ ਤਰਸਦੀ ਐ ਵੀ ਆਪਾਂ ਬੋਲਣਾ ਨਹੀਂ ਕਿਸੇ ਨਾਲ ਇੱਕ ਤਾਂ ਭਾਸ਼ਾ ਦਾ ਪ੍ਰੋਬਲਮ ਆ ਗਈ ਇੱਕ ਕੋਈ ਦੁੱਖ ਸੁੱਖ ਨਹੀਂ ਕਰ ਸਕਦਾ ਕਿਸੇ ਨਾਲ ਜਾਂ ਕਿਵੇਂ ਜਾਂ ਕੰਮ ਤੇ ਵੀ ਮਨ ਆਪਾਂ ਇੰਨੀਆਂ ਜ਼ਿਆਦਾ ਗੱਲਾਂ ਬਾਤਾਂ ਖੁੱਲ ਕੇ ਨਹੀਂ ਕਰ ਸਕਦੇ ਕਿਸੇ ਨਾਲ ਤੇ ਬਾਦ ਦੇ ਵਿੱਚ ਤਾਂ ਫਿਰ ਜਦੋਂ ਟਿਕਟ ਲੈ ਲਈ ਉਦੋਂ ਤਾਂ ਫਿਰ ਐਂ ਜੀ ਸੀਗਾ ਫਿਰ ਮੇਰੇ ਕੋਲ ਅਜੇ ਵੀ ਕੈਲੰਡਰ ਪਿਆ ਗੁਰਦੁਆਰਾ ਸਾਹਿਬ ਦਾ ਮੈਂ ਲੈ ਕੇ ਆਇਆ ਉੱਥੇ ਮੈਂ ਉਹ ਤਿੰਨ ਨਿਸ਼ਾਨੀਆਂ ਲਾਉਂਦਾ ਹੁੰਦਾ ਸੀ ਕਿ ਕਦੋਂ ਦਿਨ ਆਵੇ ਇੱਕ ਉੱਥੇ ਸਾਰੇ ਬੰਦੇ ਸੁਣਦੇ ਹੋਣੇ ਜਿਹੜੇ ਨਵੇਂ ਗਏ ਆ ਣ ਸਾਫ ਆ ਤੇ ਉਹ ਜਾਂਚ ਵਗੈਰਾ ਬਹੁਤ ਦੀਂ ਦੇ ਉੱਪਰ ਹੂੰ ਜਿਹੜੇ ਨੂੰ ਵੀ ਦੇਖਦੇ ਆਂ ਐਂ ਲੱਗ ਜਾਂਦਾ ਜੀ ਆਹ ਭਾਈ ਯਾਰ ਵੀ ਸਾਡੇ ਸ਼ਹਿਰ ਨਹੀਂ ਚੱਲਿਆ ਹਨਾ ਵੀ ਯਾਰ ਵੀ ਕਦੋਂ ਜਾਵਾਂਗੇ ਆਪਾਂ ਉਦੋਂ ਬੱਚੇ ਪੁੱਛਿਆ ਤਾਂ ਮੋਹ ਇੱਕ ਪਾਸੇ ਰਹਿੰਦਾ ਹਨਾ ਕਹਿੰਦੇ ਉੱਥੇ ਜਾ ਕੇ ਮੈਂ ਨੂੰ ਜਦੋਂ ਮਿਲਿਆ ਹਨਾ ਅਸੀਂ ਇੱਕ ਦੂਜੇ ਨੂੰ ਜੱਫੀ ਜੀ ਪਾਈ ਤੇ ਮੇਰਾ ਰੋਨ ਨਿਕਲ ਗਿਆ ਮੈਨੂੰ ਕਹਿੰਦਾ Papa ਰੋ ਜਨਾ ਤੁਸੀਂ ਵੀ ਛੇਤੀ ਆ ਜਾਓਗੇ ਉਹ ਮੈਨੂੰ ਇੱਕ ਦਿਨ ਕਹਿੰਦਾ ਮੈਂ ਆ ਦਾ ਮੋਗੇ ਆ ਦਾ ਐਸ ਡੀਓ ਰਿਆਂ ਹਾਂ ਮੈਂ ਤਾਂ ਅੰਕਲ ਵੀ ਐਸ ਡੀਓ ਇੱਥੇ ਸਾਰੇ ਇੱਥੇ ਮੈਂ ਵੀ ਐਸ ਡੀਓ ਹੀ ਹਾਂ ਵੀ ਇੱਥੇ ਕੋਈ ਐਸ ਡੀਓ ਨਹੀਂ ਕੁਛ ਨਹੀਂ ਮਤਲਬ ਕਹਿਣ ਦਾ ਮਤਲਬ ਇਹ ਵੀ ਉਹ ਸਾਰਾ ਕੋਈ ਇੱਥੇ ਛੱਡ ਕੇ ਜਾਵੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬੀ ਤੇ ਆਪਣਾ ਭਾਗ ਦੂਜਾ ਆਪਾਂ ਅੱਜ ਫੇਰ ਤੁਹਾਡੇ ਲਈ ਲੈ ਕੇ ਆਏ ਆਂ ਤੇ ਮੇਰੇ ਨਾਲ ਪਿਛਲੀ ਵਾਰ ਦੀ ਤਰ੍ਹਾਂ ਰਾਜਵਿੰਦਰ ਸਿੰਘ ਢਿੱਲੋਂ ਹੁਣ ਉਹ ਗੱਲਾਂ ਆਪਾਂ ਕਰਨੀਆਂ ਜਿਹੜੀਆਂ ਕਿ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਨਹੀਂ ਕਰ ਸਕੇ ਕਿਉਂਕਿ ਉਹ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਸੀ ਗੱਲਾਂ ਬਾਤਾਂ ਬਾਈ ਦੀਆਂ ਬਹੁਤ ਲੰਬੀਆਂ ਤੇ ਬਹੁਤ ਡੂੰਘੀਆਂ ਸੀ ਅੱਜ ਫੇਰ ਬਾਈ ਜੀ ਨਾਲ ਸਬੱਬ ਬਣਿਆ ਬਹਿਣ ਦਾ ਤੇ ਅੱਜ ਫੇਰ ਗੱਲਾਂ ਬਾਤਾਂ ਕਰਦੇ ਆਂ ਬਾਈ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਤੁਸੀਂ ਹੁਣ ਸਿੱਧਾ ਸ਼ਾਰਟਕਟ ਮੈਂ ਆ ਜਾਨਾ ਵੀ ਜਿਹੜੀਆਂ ਗੱਲਾਂ ਪਿਛਲੀ ਵੀਡੀਓ ਤੇ ਨਹੀਂ ਕੀਤੀਆਂ ਆਪਾਂ ਉਹ ਤੁਸੀਂ ਕਰਨੀਆਂ ਇੱਕ ਤੁਸੀਂ ਬਾਈ ਦੀ ਗੱਲ ਸੁਣਾਉਣ ਲੱਗੇ ਸੀਗੇ ਅੱਛਾ ਜੀ ਸਾਡਾ ਦੋਸਤ ਹੀ ਆ ਮੁੰਡਾ ਉਹਦੇ ਬੱਚੇ ਵੀ ਕੈਨੇਡਾ ਦੇ ਵਿੱਚ ਹੀ ਆ ਹੂੰ ਬਾਈ ਕੁਲਦੀਪ ਸਿੰਘ ਚੁਗੇ ਪਿੰਡ ਤੋਂ ਹੂੰ ਉਹ ਇੱਥੋਂ ਜਿਹੜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਏਅਰਪੋਰਟ ਤੇ ਚੜਨ ਲੱਗੇ ਆਪਾਂ ਨੂੰ ਆदत ਆਣਾ ਆਪਾਂ ਸਟੇਟਸ ਪਾ ਦਿੰਨੇ ਹਾਲਾਂਕਿ ਪਾਉਣੇ ਨਹੀਂ ਚਾਹੀਦੇ ਮੇਰੀ ਸੋਚ ਇਹ ਆ ਕਿ ਉਮਰ ਦੇ ਹਿਸਾਬ ਨਾਲ ਅਖ ਲਾਉਂਦੀ ਵੀ ਆਪਾਂ ਕਿਤੇ ਵੀ ਜਾਂਦੇ ਆਉਣੇ ਆ ਪ੍ਰਾਈਵੇਸੀ ਨਹੀਂ ਹੈ ਨਹੀਂ ਦੱਸਣਾ ਚਾਹੀਦਾ ਹੂੰ ਚਲੋ ਜੀ ਮੈਂ ਵੀ ਭਾਈ ਨੂੰ ਮੈਸੇਜ ਕੀਤਾ ਭਾਈ ਪਹੁੰਚ ਗਿਆ ਕਹਿੰਦਾ ਹਾਂ ਮੈਂ ਪਹੁੰਚ ਗਿਆ ਮੈਂ ਕਿਹਾ ਵੀ ਆਪਾਂ ਮਿਲਦੇ ਹਣਾ ਉਹ ਬੇਟੀ ਆਈ ਮੈਂ ਗੁਰਦੁਆਰਾ ਸਾਹਿਬ ਸੀ ਆ ਤੇ ਗੁਰਦੁਆਰਾ ਸਾਹਿਬ ਸਾਡੇ ਕੋਲ ਛੱਡ ਗਈ ਸਾਡਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੂੰ ਉਹ ਬੇਟੀ ਦੇ ਕੋਲੇ ਉਹ ਕੱਲਾ ਸੀਗਾ ਇੱਧਰ ਮੈਨੂੰ ਆਏ ਸੀ ਵੀ ਅਸੀਂ ਮਿੱਤਰਾਂ ਸਾਡੇ ਬੱਚੇ ਕੁਦਰਤੀ ਪਹਿਲਾਂ ਵੀ ਇਕੱਠੇ ਪੜੇ ਆ ਕਾਲ ਅਕੈਡਮੀ 'ਚ ਹੂੰ ਮੈਂ ਕਿਹਾ ਵੀ ਮੈਨੂੰ ਫ੍ਰਾਈਡੇ ਵਾਲੇ ਦਿਨ ਸ਼ੁੱਕਰਵਾਰ ਨੂੰ ਮੈਨੂੰ ਛੁੱਟੀ ਹੋਊਗੀ ਸ਼ੁੱਕਰ ਸ਼ਨੀਚਰ ਤੇ ਐਤਵਾਰ ਨੂੰ ਆਪਾਂ ਇਕੱਠੇ ਰਵਾਂਗੇ ਮਨੋਰੰਜਨ ਕਰਾਂਗੇ ਹਾਂ ਪੂਰਾ ਹੂੰ ਤੇ ਕੁਲਦੀਪ ਸਿੰਘ ਨੇ ਮੈਨੂੰ ਫੋਨ ਕੀਤਾ ਵੀ ਮੈਂ ਆਉਣ ਲੱਗਾ ਮੈਨੂੰ ਐਡਰੈਸ ਭੇਜ ਦੇ ਕਰਦਾ ਹੂੰ ਕਿਉਂਕਿ ਉਦੋਂ ਪਹਿਲਾਂ ਤਾਂ ਹੀ ਗੁਰਦੁਆਰਾ ਸਾਹਿਬ 'ਚ ਮਿਲੇ ਸੀ ਹੂੰ ਮੈਂ ਘਰ ਦਾ ਐਡਰੈਸ ਸੈਂਡ ਕਰਤਾ ਤੇ ਉਹਨ ਮੈਂ ਉਹਨੂੰ ਦੱਸ ਵੀ ਦਿੱਤਾ ਵੀ ਬੇਟੀ ਉਸ ਦਿਨ ਸ਼ਾਇਦ ਕੰਮ ਤੇ ਗਈ ਸੀ ਮੈਂ ਉਹਨੂੰ ਦੱਸ ਵੀ ਦਿੱਤਾ ਵੀ ਤੂੰ ਨਿਊਟਨ ਹੋ ਕੇ ਇੱਧਰ-ਇੱਧਰ ਆ ਜੀ ਸਰੀ ਚ ਰਹਿੰਦੇ ਰਹੇ ਹਨ ਹੂੰ ਤੇ ਸਮਾਨ ਵਗੈਰਾ ਵੀ ਫਿਰ ਖਾਣਾ ਪੀਣਾ ਜਿਹੜਾ ਮੈਂ ਉਹਨੂੰ ਕਹੇ ਵੀ ਤੂੰ ਫੜੇ ਲੈ ਆਈ ਹੈ ਨਾ ਆਪਾਂ ਨੂੰ ਫੇਰ ਜਾਣਾ ਪੈਣਾ ਕਿਉਂਕਿ ਮੇਰੇ ਕੋਲੇ ਵੀ ਕੋਈ ਗੱਡੀ ਵਗੈਰਾ ਹੈ ਨਹੀਂ ਸੀ ਹੂੰ ਉਹਨੇ ਜੀ ਸਮਾਨ ਸਹੂਣ ਜਿਹੜਾ ਕਿਹਾ ਲੈ ਕੇ ਕਾਫੀ ਐ ਇੱਕ ਉਹਦਾ ਆਪ ਦਾ ਬੈਗ ਹੋ ਗਿਆ ਕਿੱਟ ਜੀ ਹੋ ਗਿਆ ਸਮਾਨ ਸਹੂਣ ਜੇ ਚੱਕਿਆ ਆਏ ਤੇ ਮੈਂ ਆਖਿਆ ਵੀ ਮੈਂ ਕੰਮ ਤੋਂ ਆ ਗਿਆ ਵੀ ਮੈਂ ਨਹਾ ਨੂੰ ਲੈਣਾ ਤੇ ਚਾਬੀ ਮੈਂ ਬਾਹਰ ਰੱਖਤੀ ਇੱਕ ਹੂੰ ਜਿਵੇਂ ਇਦਾਂ ਕਰਕੇ ਆ ਕੇ ਖੋਲ ਲਈ ਤ ਉਹ ਕੁਦਰਤੀ ਜਦੋਂ ਨੇ ਆ ਕੇ ਬੇਸਮੈਂਟ ਦੀ ਚਾਬੀ ਲਾਈ ਤੇ ਮੈਂ ਵੀ ਨਾ ਕੇ ਬਾਹਰ ਨਿਕਲਿਆ ਬਾਥਰੂਮ ਚੋਂ ਮੈਨੂੰ ਵੀ ਖੜਕਾਇ ਸੁਣਿਆ ਅੱਗੋਂ ਮੈਂ ਵੀ ਖੋਲਣ ਜੇ ਐਨ ਲੱਗ ਗਿਆ ਹੂੰ ਚਲੋ ਉਹ ਉਸ ਦਰਾਂ ਨਾਲ ਉਹਨੇ ਵੀ ਖੋਲ ਲਈ ਡੋਰ ਖੋਲ ਲੈ ਤੇ ਉਹ ਇੱਕਦਮ ਜਦੋਂ ਅੰਦਰ ਆਇਆ ਤੇ ਉਹ ਇੱਕ ਨਾ ਕੁਦਰਤੀ ਗੱਲ ਆ ਜਿਵੇਂ ਆਪਣੇ ਫੋਨ ਆ ਨਾ ਜਿਵੇਂ ਮੰਨ ਲਓ ਜਿੰਨੇ ਵੀ ਫੋਨ ਆ ਮੰਨ ਲਓ ਜਿਹੜਾ ਜਿਹੜਾ ਸਾਈਡ ਤੇ ਬਟਨ ਜੈ ਨਾ ਜਦੋਂ ਆਪਾਂ ਉੱਥੇ ਚੱਲ ਜਾਂਦੇ ਇਹ ਦੋ ਵਰੀ ਨੱਪਿਆ ਜਾ ਪਤਾ ਪੁਲਿਸ ਨੂੰ ਕਾਲ ਲੱਗ ਜਾਂਦੀ ਆ ਹੂੰ ਐਸਓਐਸ ਕਹਿੰਦੇ ਆ ਅਸੀਂ ਅਣਜਾਣ ਸੀ ਇਸ ਗੱਲ ਤੋਂ ਹੂੰ ਉਹ ਜਦੋਂ ਕਿਤੇ ਐ ਸਮਾਨਸ ਨੂੰ ਫੜਾ ਫੜਾਈ ਜੀ ਚ ਐ ਲੱਧਿਆ ਆ ਵਿਚਾਰਾ ਉਹਨੇ ਦੋ ਵਰੀ ਐ ਕੀਤਾ ਤੇ ਹੂੰ ਕਾਲ ਲੱਗੀ ਮੈਂ ਹੂੰ ਉਹ ਅੱਗੋਂ ਦਾ ਮੈਨਾਂ ਬਈ ਯਾਰ ਆ ਕੀ ਹੋ ਗਿਆ ਪਤਾ ਨਹੀਂ ਕੀ ਦਾ ਫੋਨ ਜਾਂ ਲੱਗ ਗਿਆ ਮੈਂ ਕਿਹਾ ਯਾਰ ਇਹ ਤਾਂ ਪੁਲਿਸ ਨੂੰ ਲੱਗ ਗਈ ਕਾਲ ਉਹਨੇ ਜੀਨੇ ਚ ਘੱਟ ਤੀ ਹੂੰ ਉਹਨੇ ਕੱਟ ਤੀ ਤੇ ਫੋਨ ਦੁਬਾਰਾ ਫੇਰ ਆ ਗਿਆ ਹਾਂ ਹੁਣ ਚੱਕਰ ਉਹੀ ਪੈ ਗਿਆ ਹੁਣ ਉਹ ਵੀ ਪਲੱਸ 2 ਵਾਲਾ ਤੇ ਮੈਂ ਵੀ ਪਲੱਸ 2 ਵਾਲਾ ਹੂੰ ਉਹ ਅੰਗਰੇਜ਼ੀ ਸਾਨੂੰ ਲੱਗਿਆ ਤੇ ਉਹਨੇ ਮੈਨੂੰ ਫੜਾਤਾ ਫੋਨ ਹੂੰ ਵੀ ਉਹਨੂੰ ਐ ਲੱਗਿਆ ਵੀ ਇਹ ਤਾਂ ਪਹਿਲਾਂ ਦਾ ਰਹਿੰਦਾ ਆਉਂਦੀ ਤਾਂ ਮੈਨੂੰ ਵੀ ਉਹਦੇ ਜਿੰਨੀ ਸੀ ਹੂੰ ਮੈਂ ਮੜਾ ਜਾ ਜੋੜ ਜਾੜ ਕੇ ਜੇ ਆਪ ਦਾ ਦੱਸਿਆ ਨਾ ਵੀ ਮਿਸਟੇਕ ਹੋ ਗਈ ਨਾ ਉਹ ਅੱਗੋਂ ਪਤੰਦਰ ਪੰਜਾਬੀ ਸੀ ਆਪਣੇ ਵਾਲਾ ਉਹ ਦਾ ਬਾਈ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਪੁਲਿਸ ਜ਼ਰੂਰ ਆਉਗੀ ਵੀ ਉਹਨਾਂ ਨੂੰ ਸੈਟੀਸਫਾਈ ਕਰਾ ਦਿਓ ਜੇ ਵੀ ਉਹਨਾਂ ਨੂੰ ਸਰਚ ਵਗੈਰਾ ਕਰਨਗੇ ਤੇ ਉਹ ਆਉਣਗੇ ਹੂੰ ਚਲੋ ਜੀ ਮੈਨੂੰ ਤਾਂ ਥੋੜਾ ਜਿਹਾ ਚਿਰ ਹੋ ਗਿਆ ਸੀ ਰਹਿੰਦੇ ਨੂੰ ਨਾ ਹੂੰ ਤੇ ਕੁਲਦੀਪ ਵੀ ਡਰ ਗਿਆ ਹੂੰ ਉਹਦਾ ਜੀ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਐ ਜਦੋਂ ਅਸੀਂ ਵਿੰਡੋ ਥਣੀ ਦੀ ਦੇਖਿਆ ਤੇ ਇੱਕ 6 ਫੁੱਟ ਦਾ ਗੋਰਾ ਤੁਰਿਆ ਆਪੇ ਪੁਲਸ ਵਾਲਾ ਹੂੰ ਤੇ ਉਹਨੇ ਆ ਕੇ ਜਦੋਂ ਤੇ ਬਾਰ ਖੜਕਾਇਆ ਖੋਲ ਤਾਂ ਆ ਜੋ ਉਹਨੇ ਸਾਨੂੰ ਆਉਣ ਸਾਰ ਹੀ ਉਹ ਕਹਿੰਦਾ ਵੀ ਫੋਨ ਦਿਓ ਜੀ ਤੋਂ ਕਾਲ ਆਈ ਆ ਉਹਨੂੰ ਮੈਂ ਕਿਹਾ ਵੀ ਦੇ ਫੋਨ ਹਣਾ ਉਹ ਫੋਨ ਉਹਨੇ ਦੇਖਿਆ ਵਗੈਰਾ ਤੇ ਉਹ ਕਹਿੰ ਉਹਨੇ ਇੰਗਲਿਸ਼ ਚ ਪੁੱਛਿਆ ਮੈਨੂੰ ਸਮਝ ਲੱਗ ਗਈ ਵੀ ਕੋਈ ਹੋਰ ਵੀ ਹੈਗਾ ਇੱਥੇ ਮੈਂ ਫਿਰ ਨੂੰ ਉਨੇ ਆਂ ਗੇੜਾ ਗੁੜਾ ਦਿੱਤਾ ਸਾਰੇ ਪੂਰਾ ਪੂਰਾ ਤਲਾਸ਼ੀ ਤਰੁਸੀ ਲੈ ਕੇ ਤੇ ਉਹ ਸਾਨੂੰ ਕੁਐਸਚਨ ਕੁਐਸਚਨ ਦੇ ਕਰਨ ਲੱਪਿਆ ਤੇ ਸਾਨੂੰ ਜਿੰਨੀ ਕ ਸਮਝ ਲੱਗਦੀ ਸੀ ਅਸੀਂ ਜਵਾਬ ਵਗੈਰਾ ਉਹਦੇ ਦੇ ਦੂਗੇ ਉਹ ਮੈਨੂੰ ਕਹਿੰਦਾ ਵੀ ਇੰਗਲਿਸ਼ ਚ ਉਹਨੇ ਆਪਦੇ ਸਾਹ ਮੈਨੂੰ ਐ ਲੱਗਿਆ ਵੀ ਆਹ ਕੁਝ ਪੁੱਛਦਾ ਮੈਨੂੰ ਕਹਿੰਦਾ ਵੀ ਤੁਸੀਂ ਕਿੰਨੇ ਬੰਦੇ ਮੈਂ ਉਹਨੂੰ ਦੱਸਤਾ ਵੀ ਅਸੀਂ ਦੋ ਜਣੇ ਆ ਹੂੰ ਵੀ ਮੈਂ ਫਿਰ ਉਹਨੂੰ ਜਿਹੜੀ ਇੰਗਲਿਸ਼ ਸੁਣਾਈ ਨਾ ਬਾਈ ਸਿਰਾਂ ਲਾਤਾ ਮੈਂ ਉਹਦੇ ਬਾਰੇ ਦੱਸ ਰਿਹਾ ਪੁਲਿਸ ਵਾਲੇ ਨੂੰ ਮੈਂ ਕਿਹਾ ਦਿਸ ਗਾਈਜ਼ ਅਦਰ ਫੇਸਮੈਂਟ ਅੱਛਾ ਤੇ ਇਹ ਦਿਸ ਗਾਈ ਅਦਰ ਬੇਸਮੈਂਟ ਮੈਂ ਕਿਹਾ ਵੀ ਮਾੜਾ ਮੋਟਾ ਤਾਂ ਹੁਣ ਆਪਾਂ ਬਈਆਂ ਨਾਲ ਮੱਥਾ ਜਿਵੇਂ ਮਾਰਦੇ ਉਹਦੇ ਹਿਸਾਬ ਕਿ ਤਰ੍ਹਾਂ ਨਾਲ ਬਾਈ ਤੁਸੀਂ ਹਾਸੇ ਵਾਲੀ ਗੱਲ ਇਹ ਵੇਖੋਗੇ ਮੱਲੋ ਮੱਲੀ ਹਿੰਦੀ ਨਿਕਲੇ ਮੂੰਹ ਚ ਉਥੇ ਵੀ ਆਪਣੀ ਦੂਜੀ ਭਾਸ਼ਾ ਹਿੰਦੀ ਹੈ ਨਾ ਆਪਾਂ ਹਿੰਦੀ ਬੋਲ ਲੈਣੇ ਆ ਮੇਰੇ ਅੰਦਰੋਂ ਐ ਮੱਲੋ ਮੱਲੀ ਹਿੰਦੀ ਨਿਕਲੇ ਮੈਂ ਹਿੰਦੀ ਚ ਵੀ ਦੋ ਤਿੰਨ ਗੱਲਾਂ ਨੂੰ ਕਹਿ ਗਿਆ ਹਣਾ ਉਦੋਂ ਬਾਈ ਕੀ ਅਸਰ ਹੋਣਾ ਸੀ ਮੈਂ ਮੈਨੂੰ ਐ ਜੇ ਮੇਰੇ ਚ ਜ਼ੋਰ ਜਿਹਾ ਬਣਿਆ ਵੀ ਮੈਂ ਤੋ ਪੈਨ ਫੜਾ ਤੇ ਪੈਨ ਫੜ ਕੇ ਮੈਂ ਇਹ ਤੋ ਲਿਖ ਕੇ ਦੇਵਾਂ ਜਦੋਂ ਮੈਂ ਉਹਦੇ ਇੰਨੀ ਵਧਿਆ ਉਹ ਪੌੜਸਾਲੇ ਨੀ ਹਣਾ ਹੀ ਤੇ ਨਿੱਕ ਨਿੱਕ ਲੱਗੀ ਉਹਦੇ ਕੋਲੇ ਜਦੋਂ ਮੈਂ ਪੈਨ ਪੈਨ ਪੜਨ ਲੱਗਾ ਉਹਦੇ ਇੱਥੇ ਕੈਮਰਾ ਲੱਗਿਆ ਜਿਵੇਂ ਮਾਈਕ ਲੱਗਿਆ ਨਾ ਆਪਣੇ ਉਹ ਮੈਨੂੰ ਕਹਿੰਦਾ ਬੈਕ ਬੈਕ ਹਣਾ ਮੈਂ ਗਾਲੀ ਪੈਂਦਾ ਹਣਾ ਉਹ ਕਹਿੰਦਾ ਵੀ ਵੀਡੀਓ ਕਿਹਾ ਹਣੇ ਮੈਨੂੰ ਸਮਝ ਲੱਗੀ ਵੀ ਇਹ ਵੀਡੀਓ ਬਣੀ ਜਾਂਦੀ ਹੈ ਨਾ ਤੇ ਉਹ ਦੂਜਾ ਵੀਲੀ ਤੇ ਕਹਿੰਦਾ ਮੈਨੂੰ ਕੁਝ ਕਰਨ ਲੱਗਿਆ ਹਾਂ ਉਹ ਕਹਿੰਦਾ ਵੀ ਆਲਰੇਡੀ ਵੀਡੀਓ ਬਣ ਰਹੀ ਹੈ ਜਿੱਦੋਂ ਤੱਕ ਮੈਂ ਆਇਆ ਸਾਰਾ ਕੁਝ ਤੇ ਨਹੀਂ ਮੈਂ ਨੂੰ ਫੇਰ ਮੈਂ ਹੀ ਮੈਂ ਤਾਂ ਲਿਖ ਕੇ ਦੱਸਣਾ ਸੀ ਐ ਉਹ ਕਹਿੰਦਾ ਵੀ ਪ੍ਰੂਫ ਦਿਓ ਕੋਈ ਫੇਰ ਉਹ ਮੈਂ ਤਾਂ ਉੱਥੇ ਸੀਗਾ ਹੀ ਨਾ ਮੈਂ ਤਾਂ ਮੈਂ ਤਾਂ ਉਸ ਘਰ ਚ ਰਹੀ ਰਿਆ ਸੀ ਮੈਂ ਵੀ ਆਪਦੇ ਕੋਈ ਡਾਕੂਮੈਂਟ ਵਗੈਰਾ ਵਿਖਾਏ ਕੁਲਦੀਪ ਦਾ ਨੰਬਰ ਵਗੈਰਾ ਲਿਖ ਕੇ ਲੈ ਆ ਗਿਆ ਪੁਲਿਸ ਵਾਲਾ ਜੇ ਬਾਹਰ ਹੀ ਨਿਕਲਿਆ ਕੁਲਦੀਪ ਨੇ ਬੈਗ ਚੱਕ ਲਿਆ ਕਹਿੰਦਾ ਮੈਂ ਤਾਂ ਚੱਲਿਆਂ ਆਂ ਅੱਛਾ ਮੈਂ ਕਿਹਾ ਵੀ ਜਾਣਾ ਨਹੀਂ ਗਿਆ ਇਹ ਅੱਧਾ ਘੰਟਾ ਨਹੀਂ ਜਾਂਦਾ ਅਜੇ ਕਿਉਂਕਿ ਮੈਂ ਉੱਥੇ ਵੇਂਦਾ ਰਹਿੰਦਾ ਸੀ ਗੱਲਾਂ ਗੋਲਾਂ ਸੁਣਦੇ ਰਹਿੰਦੇ ਸੀ ਕੰਮ ਵਾਲਿਆਂ ਤੋਂ ਹੂੰ ਕਹਿੰਦਾ ਵੀ ਇਹ ਕਿਵੇਂ ਮੈਂ ਕਹਾਂ ਅੱਧਾ ਘੰਟਾ ਹাজি ਹੋਰ ਵੇਖੂਗਾ ਵੀ ਇਨਾਂ ਕੋਲੇ ਕੋਈ ਤੀਜਾ ਬੰਦਾ ਤਾਂ ਨਹੀਂ ਹੂੰ ਜਾਂ ਇਹ ਕਿਸੇ ਨਾਲ ਲੜੇ ਤਾਂ ਨਹੀਂ ਹੂੰ ਤੇ ਮੰਨ ਲਓ ਹੋ ਸਕਦਾ ਆਪਾਂ ਆਪਸ ਵਿੱਚ ਲੜੇ ਹੋਈਏ ਜਦੋਂ ਪੁਲਿਸ ਵਾਲਾ ਹੋ ਗਿਆ ਆਪਾਂ ਸਿਆਣੇ ਬਣ ਕੇ ਬਹਿ ਗਏ ਡਰਦੇ ਇਹ ਆਪਦੀ ਸਰਚ ਕਰਕੇ ਤਸੱਲੀ ਕਰਕੇ ਜਾਊਗਾ ਜੇ ਤੈਨੂੰ ਨਹੀਂ ਯਕੀਨ ਆਉਂਦਾ ਤਾਂ ਉਹ ਨਿਗਾ ਮਾਰ ਲਾ ਵਿੰਡੋ ਥਣੇ ਦੀ ਉਹ ਗੱਡੀ 'ਚ ਬੈਠਾ ਹੂੰ ਮਨੋ ਨਾ ਯਾਰ ਫੇਰ ਤੇ ਜੱਬ ਹੀ ਪੈ ਗਿਆ ਮੈਂ ਕਿਹਾ ਜੱਬ ਨਹੀਂ ਪੈ ਗਿਆ ਇਹਨਾਂ ਦੀ ਡਿਊਟੀ ਆ ਉਹਦੀ ਡਿਊਟੀ ਕਰਕੇ ਜਾਊਗਾ ਮੈਂ ਕਿਹਾ ਬੋਤਲ ਖੋਲ ਲਾ ਹੁਣ ਤੇ ਫੇਰ ਅਸੀਂ ਬਾਈ ਆਪਦਾ ਇੰਜੋਏ ਕੀਤਾ ਹੁਣ ਵੀ ਜਦੋਂ ਮਿਲਦੇ ਅਸੀਂ ਬਹੁਤ ਹੱਸਦੇ ਨੇ ਆ ਵੀ ਜਿਹੜੀ ਪੁਲਿਸ ਵਾਲੇ ਨਾਲ ਅੰਗਰੇਜ਼ੀ ਬੋਲੀ ਨਾ ਉਹ ਵੀ ਵੇਲੇ ਹੱਸਿਆ ਜ਼ਰੂਰ ਹੋਊਗਾ ਜਾ ਕੇ ਵੀ ਬੰਦੇ ਦਾ ਮਿਲੇ ਆ ਵੀ ਇਹ ਵੀ ਮਿਲੇ ਜੀ ਦੀ ਗੱਲ ਦੀ ਸਮਝੀ ਕੋਈ ਨਹੀਂ ਲੱਗੀ ਠੀਕ ਹੈ ਠੀਕ ਹੈ ਠੀਕ ਹੈ ਕੋਈ ਹੋਰ ਗੱਲਬਾਤ ਹੋਰ ਗੱਲਬਾਤ ਹੋਊ ਆ ਜੀ ਜਦੋਂ ਸਵੇਰ 4 ਵਜੇ అలਰਮ ਵੱਜਦਾ ਸਾਡਾ ਹੁਣ ਵੀ ਇੱਕ ਦੋਸਤ ਉੱਥੇ ਗਿਆ ਕਿਸੇ ਵਿਭਾਗਮੇ ਦੇ ਵਿੱਚੋਂ ਗਿਆ ਰਿਟਾਇਰਮੈਂਟ ਹੋ ਕੇ ਹੁਣ ਜਦੋਂ ਫੋਨ ਆਉਂਦਾ ਮੈਂ ਉਹਨੂੰ ਪੁੱਛਦਾ ਹੁੰਦਾ ਵੀ ਅੱਜ ਵੀ ਨੰਬਰਦਾਰਾਂ ਦੇ ਗਿਆ ਜਾਂ ਦਿਹਾੜੀ ਕੇ ਕਿਸੇ ਹੋਰ ਦੇ ਗਿਆ ਅੱਛਾ ਉਹ ਕਹਿੰਦਾ ਨਹੀਂ ਯਾਰ ਅੱਜ ਵੀ ਨੰਬਰਦਾਰਾਂ ਦੇ ਗਿਆ ਅੱਛਾ ਠੀਕ ਹੈ ਵੀ ਜਿਹੜਾ ਬੰਦਾ ਇੱਥੇ ਵਿਭਾਗਮੇ ਚ ਰਹਿ ਕੇ ਬਾਈ ਜੀ ਹਮ ਆ ਕਿਸੇ ਚ ਵੀ ਲਾ ਲੋ ਜਾਂ ਕਿਵੇਂ ਚਲੋ ਆਪਾਂ ਤਾਂ ਫੇਰ ਵੀ ਖੇਤੀਬਾੜੀ ਵਾਲੇ ਸੀ ਹੂੰ ਹੂੰ ਬੱਚਿਆਂ ਕਰਕੇ ਕਰਨਾ ਪੈਂਦਾ ਸਾਰਾ ਕੁਝ ਆਪਣਾ ਬਹੁਤ ਔਖਾ ਕੈਨੇਡਾ ਮਿੱਠੀ ਜੇਲ ਹੈ ਬਿਲਕੁਲ ਜੀ ਕੋਈ ਸ਼ੱਕ ਨਹੀਂ ਮੈਂ ਤੁਹਾਨੂੰ ਦੱਸਿਆ ਤਾਂ ਪਿਛਲੀ ਵੀਡੀਓ ਚ ਵੀ ਮੈਂ ਆਪ ਖੁਦ ਮੇਰੇ ਕੋਲ ਹੈ ਜੀ ਵੀ ਕੈਲੰਡਰ ਪਿਆ ਘਰੇ ਗੁਰਦੁਆਰਾ ਸਾਹਿਬ ਵਾਲਾ ਜਿਹੜੇ ਘਰਾਂ ਉੱਥੇ ਮਿਲਦੇ ਲਾਉਣ ਵਾਸਤੇ ਨਾ ਮੈਂ ਉਹਦੇ ਤੇ ਨਿਸ਼ਾਨੀਆਂ ਲਾਉਣ ਲੱਗ ਗਿਆ ਸੀ ਆ ਕਿ ਇੰਨੇ ਤਾਂ ਰਹਿ ਗਏ ਯਾਰ ਹੁਣ ਤਾਂ ਜਾਣਾ ਹੀ ਆ ਹਾਲਾਂਕਿ ਬੱਚੀ ਨੂੰ ਉੱਥੇ ਹੀ ਰਹਿਣਾ ਸੀ ਉਹ ਮੋਤ ਜਿਵੇਂ ਹੀ ਉਧਰ ਨੂੰ ਆਏ ਹੋ ਗਏ ਵੀ ਨਹੀਂ ਯਾਰ ਆਪਾਂ ਨਿਕਲ ਗਏ ਆ ਕਿ ਹੁਣ ਆਣਾ ਚੱਲੀਏ ਜਦੋਂ ਇੱਥੇ ਵਾਪਸ ਆਏ ਤੁਸੀਂ ਪੰਜਾਬ ਦੀ ਧਰਤੀ ਦੇ ਪੈਰ ਰੱਖਿਆ ਉਦੋਂ ਕਿਵੇਂ ਮਹਿਸੂਸ ਹੋਇਆ ਮੈਂ ਨਾ ਬਾਈ ਆਪਾਂ ਨਾ ਸ਼ਾਮ ਦਾ ਟਾਈਮ ਆ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦਾ ਹਾਂ ਮੈਂ ਜਾਜ ਦੇ ਵਿੱਚ ਨਾ ਜਦੋਂ ਦਿੱਲੀ ਦੇਸਨ ਲੱਗ ਪਈ ਨਾ ਮੇਰੇ ਕੋਲੇ ਹਜੇ ਵੀ ਵੀਡੀਓ ਪਈ ਆ ਉਹ ਉਹਦੇ ਵਿੱਚ ਅਨਾਉਂਸ ਕਰ ਦਿੰਦੇ ਆ ਕਿ ਤੁਸੀਂ ਇਸ ਟਾਈਮ ਦਿੱਲੀ ਦੇ ਉੱਪਰ ਹਣ ਮੇਰੇ ਮਨ ਚ ਆਇਆ ਯਾਰ ਵੀ ਜਦੋਂ 에어ਪੋਰਟ ਤੋਂ ਬਾਹਰ ਨਿਕਲਾਂਗੇ ਮੱਥਾ ਜ਼ਰੂਰ ਟੇਕਾਂਗੇ ਮਾਨਾ ਬਈ ਸੱਚੀ ਮੱਥਾ ਟੇਕਿਆ ਧਰਤੀ ਨੂੰ ਵੀ ਯਾਰ ਸ਼ੁਕਰ ਹੈ ਨਾ ਆ ਗਏ ਹਾਲਾਂਕਿ ਮੈਂ ਨਾਲ ਆਏ ਵੀ ਚਲੇ ਮਹੇਰ ਜਿਹੜੇ ਲੋਕ ਯਾਰ 20 20 ਸਾਲ 25 25 ਸਾਲ ਮੁੜ ਕੇ ਨਹੀਂ ਆਉਂਦੇ ਹਨ ਤੇ ਕੀ ਹਾਲਾਤ ਉਹਨਾਂ ਦੇ ਬਣਦੇ ਹੁਣ ਯਾਰ ਆਪਣਾ ਤਾਂ ਸਮਾਂ ਹੀ ਕੁਛ ਨਹੀਂ ਆਪਣਾ ਤਾਂ ਬਈ ਗਏ ਤੇ ਆ ਗਏ ਹਨਾ ਸਾਲ ਡੇਢ ਸਾਲ ਤੱਕ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਤੇ ਪਰ ਸਾਲ ਡੇਢ ਸਾਲ ਦੇ ਵਿੱਚ ਹੀ ਬਈ ਜੀ ਵੇਖ ਬਹੁਤ ਕੁਝ ਆਇਆ ਹਮ ਚਲੋ ਇਹ ਸੀਗਾ ਤੁਹਾਡਾ ਕੈਨੇਡਾ ਦਾ ਐਕਸਪੀਰੀਅੰਸ ਕਿਸੇ ਨਵੇਂ ਦਿਨ ਨਵੀਆਂ ਗੱਲਾਂ ਬਾਤਾਂ ਨਾਲ ਆਪਾਂ ਫੇਰ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ